ਆਜ਼ਾਦੀ ਦੀਆਂ ਅੰਮ੍ਰਿਤ ਕਹਾਣੀਆਂ ਤਹਿਤ ਅੱਜ ਅਸੀਂ ਪੇਸ਼ ਕਰ ਰਹੇ ਹਾਂ ਆਰੋਹੀ ਪੰਡਤ ਦੀ ਕਹਾਣੀ, ਜਿਹੜੇ ਇੱਕ ਲਾਈਫ ਸਪੋਰਟ ਏਅਰਕ੍ਰਾਫਟ ਵਿੱਚ ਐਟਲਾਂਟਿਕ ਤੇ ਪ੍ਰਸ਼ਾਂਤ ਮਹਾਸਾਗਰ ਨੂੰ ਪਾਰ ਕਰਨ ਵਾਲੀ ਪਹਿਲੀ ਮਹਿਲਾ ਪਾਇਲਟ ਨੇ। ਮੈਨੂੰ ਲੱਗਦਾ ਹੈ ਕਿ ਆਜ਼ਾਦ ਅਤੇ ਖੁਸ਼ ਰਹਿਣ ਦੇ ਵਿਚਾਰ ਨਾਲ ਬੜੀ ਮੋਹਿਤ ਹੋ ਗਈ ਸੀ ਅਤੇ ਉਹ ਅਹਿਸਾਸ ਅਜੇ ਵੀ ਹੈ। ਮੈਂ ਅੱਜ ਵੀ ਉਹੀ 8 ਸਾਲ ਦੀ ਬੱਚੀ ਹਾਂ ਜਿਹਨੂੰ ਏਅਰਪਲੇਨਸ, ਗਤੀ ਅਤੇ ਜਹਾਜ਼ ਬਹੁਤ ਪਸੰਦ ਨੇ। ਰਾਸ਼ਟਰ ਮਾਨ ਦੇ ਲਈ ਇਹਨਾਂ ਨੇ ਮਹਾਦੀਪਾਂ ਨੂੰ ਪਾਰ ਕਰਕੇ ਦਿਖਾਇਆ। ਇਹ ਹਨ ਆਰੋਹੀ ਪੰਡਿਤ। ਇੱਕ ਲਾਈਟ ਸਪੋਰਟ ਏਅਰਕ੍ਰਾਫਟ ਵਿੱਚ ਐਟਲਾਂਟਿਕ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਪਾਰ ਕਰਨ ਵਾਲੀ ਪਹਿਲੀ ਮਹਿਲਾ ਪਾਇਲਟ। ਇਹਨਾਂ ਲਈ ਆਜ਼ਾਦੀ ਦਾ ਮਤਲਬ ਹੈ ਹਵਾ ਦੇ ਨਾਲ ਇੱਕ ਹੋ ਕੇ ਉੜਨਾ। ਮੇਰੀ ਸਾਰੀ ਜ਼ਿੰਦਗੀ ਵਿੱਚ ਜਦੋਂ ਮੈਂ ਪਹਿਲੀ ਵਾਰ ਪਾਇਲਟ ਨੂੰ ਵੇਖਿਆ ਤਾਂ ਇੱਕ ਮਹਿਲਾ ਪਾਇਲਟ ਸੀ। ਤਦ ਮੈਨੂੰ ਲੱਗਿਆ ਵਾਹ, ਮੈਨੂੰ ਵੀ ਇੰਜ ਬਣਨਾ ਹੈ, ਮੈਨੂੰ ਉਹੀ ਚਾਹੀਦਾ ਸੀ। ਸ਼ੁਰੂ ਚ ਮੈਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਕਿ ਲੋਕ ਹਮੇਸ਼ਾ ਕਹਿੰਦੇ ਸੀ ਕਿ ਇਹ ਤੇ ਬੱਚੀ ਹੈ, ਇਹ ਕੁੜੀ ਹੈ, ਇਸ ਕੋਲ ਤਜੁਰਬਾ ਨਹੀਂ ਹੈ, ਇਹ ਬਹੁਤ ਛੋਟੀ ਹੈ, ਇਹ ਕਿਵੇਂ ਕਰ ਸਕੇਗੀ। ਲੱਗਦਾ ਹੈ ਕਿ ਹਰ ਖੇਤਰ ਦੇ ਵਿੱਚ ਇੰਜ ਹੀ ਹੈ, ਹੈ ਨਾ। ਇੱਕ ਕੁੜੀ, ਉਸਨੂੰ ਆਤਮ ਵਿਸ਼ਵਾਸੀ ਹੋਣ ਦੀ ਲੋੜ ਹੈ। ਪਰ ਜਦੋਂ ਮੈਂ 17 ਸਾਲ ਦੀ ਸੀ, ਮੈਂ ਉਹੀ ਕਰ ਰਹੀ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ, ਕਿਸੇ ਦੇ ਉੱਤੇ ਨਿਰਭਰ ਹੋਏ ਬਿਨਾਂ। ਪਰ ਜਿਸ ਚੀਜ਼ ਨੇ ਮੈਨੂੰ ਹਮੇਸ਼ਾ ਅੱਗੇ ਵਧਣ ਦਾ ਹੌਸਲਾ ਦਿੱਤਾ, ਉਸੀ ਮੇਰੇ ਪਰਿਵਾਰ ਦਾ ਮੇਰੇ ਤੇ ਭਰੋਸਾ। ਜਦੋਂ ਹੀ ਮੈਂ CPL ਟ੍ਰੇਨਿੰਗ ਪੂਰੀ ਕੀਤੀ, ਮੈਨੂੰ ਜਲਦੀ ਹੀ ਫਲਾਇੰਗ ਅਰਾਊਂਡ ਦ ਵਰਲਡ ਨਾਮ ਦੇ ਮਿਸ਼ਨ ਤੇ ਜਾਣ ਦਾ ਮੌਕਾ ਮਿਲਿਆ। ਮੈਂ ਫਲਾਈਟ ਸਕੂਲ 'ਚ ਉਡਾਨ ਭਰਨ ਤੋਂ ਹੁਣ ਸਿੱਧੇ ਅੰਤਰਰਾਸ਼ਟਰੀ ਸੀਮਾਵਾਂ ਪਾਰ ਕਰਨ ਲੱਗ ਗਈ। ਅਸੀਂ ਪਟਿਆਲਾ ਤੋਂ ਸ਼ੁਰੂਆਤ ਕੀਤੀ, ਉੱਥੋਂ ਅਹਿਮਦਾਬਾਦ, ਅਸੀਂ ਕਰਾਚੀ ਗਏ, ਕਰਾਚੀ ਤੋਂ ਅਸੀਂ ਈਰਾਨ ਗਏ, ਫਿਰ ਤੁਰਕੀ, ਸਰਬੀਆ, ਸਲੋਵੈਨੀਆ, ਇਟਲੀ, ਸਕਾਟਲੈਂਡ, ਆਈਸਲੈਂਡ, ਗ੍ਰੀਨਲੈਂਡ, ਕੈਨੇਡਾ, ਅਲਾਸਕਾ, ਅਲਾਸਕਾ ਤੋਂ ਰਸ਼ੀਆ। ਜਦ ਤੁਸੀਂ ਥੋੜਾ ਕੋਈ ਵੱਖਰਾ ਕੰਮ ਕਰਦੇ ਹੋ ਤਾਂ ਨਿਯਮਾਂ ਨੂੰ ਮਰੋੜਨਾ ਜ਼ਰੂਰੀ ਹੋ ਜਾਂਦਾ ਹੈ ਅਤੇ ਬਿਲਕੁਲ ਹਵਾ ਦੇ ਉਲਟ ਜਹਾਜ਼ ਉਡਾਨ ਵਾਂਗ ਹੈ, ਕਿਉਂਕਿ ਇਹੀ ਇੱਕ ਰਾਸਤਾ ਹੈ ਜਿਸ ਨਾਲ ਤੁਸੀਂ ਉਡਾਨ ਭਰ ਸਕਦੇ ਹੋ। ਆਰੋਹੀ ਪੰਡਿਤ ਦੀ ਕਹਾਣੀ ਉਹ ਹਵਾ ਹੈ ਜੋ ਲੱਖਾਂ ਭਾਰਤੀਆਂ ਨੂੰ ਵੀ ਉਡਾਨ ਭਰਨ ਦੀ ਹਿੰਮਤ ਦੇਵੇਗੀ। ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਾਲੀਆਂ ਅਜਿਹੀਆਂ ਪ੍ਰੇਰਣਾਦਾਇਕ ਔਰਤਾਂ ਦੀਆਂ ਕਹਾਣੀਆਂ ਲੈ ਕੇ ਅਸੀਂ ਜਲਦੀ ਮੁੜਾਂਗੇ। ਆਜ਼ਾਦੀ ਦੀਆਂ ਅੰਮ੍ਰਿਤ ਕਹਾਣੀਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਨੈੱਟਫਲਿਕਸ ਦੁਆਰਾ ਪ੍ਰਸਤੁਤ।